ਪੰਜਾਬੀ ਮਾਂ ਬੋਲੀ ਨੂੰ ਜਾਗਰਤ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਪੰਜਾਬੀ ਜਾਗਰਤੀ ਮਾਰਚ ਕੱਢਿਆ ਜਾ ਰਿਹਾ, ਉੱਥੇ ਤਜਿੰਦਰ ਸਿੰਘ ਮਾਨਸਾ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ। ਜੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਤਜਿੰਦਰ ਸਿੰਘ ਮਾਨਸਾ, ਉਹਨਾਂ ਨਾਲ ਗੱਲਬਾਤ ਸੀ। ਕੀ ਲੋੜ ਪੈ ਗਈ ਹੈ ਤੁਹਾਨੂੰ ਸੜਕ 'ਤੇ ਆ ਕੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨਾ ਪੈ ਗਿਆ? ਜਿਹੜੀ ਪੰਜਾਬੀ ਹੈ ਉਹ ਬੱਚਿਆਂ ਦੇ ਮੂੰਹਾਂ 'ਚੋਂ ਗਾਇਬ ਹੋ ਰਹੀ ਆ। ਇੱਥੋਂ ਤੱਕ ਕਿ ਦੁਕਾਨਾਂ ਦੀਆਂ ਜੇਕਰ ਤੁਸੀਂ ਤਖਤੀਆਂ ਦੇਖੋਗੇ, ਉੱਥੇ ਵੀ ਪੰਜਾਬੀ ਖਤਮ ਹੋ ਚੁੱਕੀ ਆ। ਜੇਕਰ ਤੁਸੀਂ ਦਫ਼ਤਰਾਂ 'ਚ ਜਾ ਕੇ ਦੇਖੋਗੇ, ਉੱਥੇ ਵੀ ਪੰਜਾਬੀ ਖਤਮ ਹੋ ਚੁੱਕੀ ਹੈ। ਬਿਹਾਰ 'ਚ ਨਹੀਂ ਰਹਿ ਰਹੇ ਅਸੀਂ ਪੰਜਾਬ 'ਚ ਰਹਿ ਰਹੇ ਹਾਂ। ਜਦੋਂ ਤੁਸੀਂ ਕਰਨਾਟਕ 'ਚ ਚਲੇ ਜਾਓ, ਤਾਮਿਲਨਾਡੂ ਚਲੇ ਜਾਓ, ਉੱਥੋਂ ਦੀ ਲੋਕ ਬੋਲੀ 'ਚ ਤੁਹਾਨੂੰ ਤਖਤੀਆਂ ਮਿਲਣਗੀਆਂ। ਇੱਥੇ ਜਿੱਥੇ ਤੁਸੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਚੰਡੀਗੜ੍ਹ 'ਚ ਹੀ ਨਹੀਂ, ਜੇ ਤੁਸੀਂ ਹੋਰ ਲੁਧਿਆਣੇ ਜਲੰਧਰ ਦੇ ਦਫ਼ਤਰਾਂ 'ਚ ਵੀ ਜਾਓਗੇ ਤਾਂ ਉੱਥੇ ਵੀ ਤੁਹਾਨੂੰ ਅੰਗਰੇਜ਼ੀ ਦੀਆਂ ਤਖਤੀਆਂ ਦਿਖਣਗੀਆਂ। ਸੋ ਇਸ ਜਾਗਰਤੀ ਲਿਆਉਣ ਦੀ ਪੰਜਾਬੀ ਮਾਂ ਬੋਲੀ ਦੀ ਚੇਤਨਤਾ ਦੇ ਲਈ ਮੈਨੂੰ ਸਕੂਲਾਂ ਵਿੱਚ, ਸੱਥਾਂ ਵਿੱਚ, ਬੱਸ ਅੱਡਿਆਂ ਦੇ ਵਿੱਚ ਜਾਣਾ ਪਿਆ। ਮੈਂ 10 ਫਰਵਰੀ 'ਤੇ ਇੱਕ ਸਾਈਕਲ ਯਾਤਰਾ ਸ਼ੁਰੂ ਕੀਤੀ ਹੋਈ ਆ, ਜੋ ਅੱਜ ਜਲੰਧਰ ਵਿੱਚ ਆ ਕੇ ਖਤਮ ਹੋਈ ਹੈ। ਅੱਜ 21 ਫਰਵਰੀ ਆ, ਕੌਮਾਂਤਰੀ ਮਾਂ ਬੋਲੀ ਦਿਹਾੜਾ। ਅੱਜ ਰੂਸ ਵਾਲੇ, ਚੀਨ ਵਾਲੇ, ਇੰਗਲੈਂਡ ਵਾਲੇ, ਇਹ ਸਾਰੇ ਦੇਸ਼ ਆਪੋ ਆਪਣੀ ਮਾਂ ਬੋਲੀ ਲਈ, ਚੜ੍ਹਦੀ ਕਲਾ ਲਈ ਅੱਜ ਕੰਮ ਕਰ ਰਹੇ ਆ 21 ਫਰਵਰੀ ਨੂੰ। ਅੱਜ ਪੰਜਾਬੀ ਸੁੱਤੇ ਨਾ ਰਹਿ ਜਾਣੇ, ਇਸ ਕਰਕੇ ਮੈਂ ਇਹ ਬੀੜਾ ਚੁੱਕਿਆ ਕਿ 10 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਮੈਂ ਸਾਰੇ ਜ਼ਿਲ੍ਹਿਆਂ 'ਚ ਜਾਣ ਦੀ ਕੋਸ਼ਿਸ਼ ਕੀਤੀ ਆ। ਹੁਣ ਆਉਣ ਵਾਲੇ ਸਮੇਂ 'ਚ ਮੈਂ ਖੁੱਲ੍ਹੇ ਸਮੇਂ 'ਚ ਜਾਵਾਂਗਾ ਇਹਨਾਂ ਤੱਕ, ਅਤੇ ਕਾਰਜ ਕਿਵੇਂ ਕੀਤਾ ਜਾ ਰਿਹਾ, ਪ੍ਰਚਾਰ ਕਿਵੇਂ ਕੀਤਾ ਜਾ ਰਿਹਾ, ਸਕੂਲਾਂ ਵਿੱਚ ਜਾ ਕੇ ਅੱਖਰਾਂ ਦੀ ਬਣਾਵਟ ਬਾਰੇ ਦੱਸਿਆ ਜਾ ਰਿਹਾ, ਪੰਜਾਬੀ ਸੋਹਣੀ ਕਿਵੇਂ ਲਿਖੀ ਹੈ, ਸ਼ੁੱਧ ਕਿਵੇਂ ਲਿਖੀ ਹੈ, ਇਸ ਬਾਰੇ ਮੈਂ ਸਕੂਲਾਂ 'ਚ ਜਮਾਤਾਂ ਲਗਾਉਣਾਗਾ। ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਮੁਹਾਰ ਨਹੀਂ ਬਣਦਾ ਅਤੇ ਬਜ਼ੁਰਗਾਂ ਨੂੰ ਦੱਸ ਦਾਂਗਾ, ਇਹਦੇ ਨਾਲ ਨਾਲ ਬੱਸ ਅੱਡਿਆਂ ਦੇ ਵਿੱਚ ਰੁਕ ਦਾਂਗਾ। ਹਾਂਜੀ, ਜਿੱਦਾਂ ਤੁਸੀਂ ਦੱਸਿਆ ਤੁਸੀਂ ਸਕੂਲਾਂ ਦੇ ਵਿੱਚ ਵੀ ਜਾ ਕੇ ਮਾਂ ਬੋਲੀ ਦਾ ਪ੍ਰਚਾਰ ਕਰ ਰਹੇ ਹੋ, ਉੱਥੇ ਵੀ ਤੁਹਾਡੇ ਨਾਲ ਕੋਈ ਕੌੜਾ ਮਿੱਠਾ ਬੋਲਦਾ ਹੋਊਗਾ? ਬਿਲਕੁਲ, ਕਈ ਜਿਹੜੇ ਪ੍ਰਾਈਵੇਟ ਅਦਾਰੇ ਆ ਉਹ ਬੂਹਾ ਵੀ ਭੇੜ ਲੈਂਦੇ ਆ, ਜਦੋਂ ਕਿ ਮੈਂ ਉਹਨਾਂ ਦੀ ਜਿਹੜੀ ਬੱਚਿਆਂ ਦੀ ਸਿੱਖਿਆ ਦੀ ਕੰਮ ਗੱਲ ਕਰ ਰਿਹਾ ਗਾ। ਮੈਂ ਕੋਈ ਜਾਦੂ ਨਹੀਂ ਸਿਖਾਉਣ ਜਾ ਰਿਹਾ, ਜਾਂ ਮੈਂ ਉੱਥੇ ਕੋਈ ਅਸ਼ਲੀਲ ਗਾਇਕੀ ਨਹੀਂ ਗਾਉਣ ਜਾ ਰਿਹਾ, ਉਹ ਬੱਚਿਆਂ ਦੇ ਫਾਇਦੇ ਦੀ ਗੱਲ ਹੁੰਦੀ ਹੈ। ਇਸ ਕਰਕੇ ਮੈਨੂੰ ਕਈ ਜਿਹੜੇ ਸਕੂਲ ਆ ਉਹ ਬੂਹੇ ਭੇੜ ਲੈਂਦੇ ਜਾਂ ਜਵਾਬ ਦੇ ਦਿੰਦੇ ਆ ਕਿ ਅਸੀਂ ਤੁਹਾਨੂੰ ਸਮਾਂ ਨਹੀਂ ਦੇ ਸਕਦੇ। ਸੋ ਮੈਂ ਕਹਿਣਾ ਚਾਹੂੰਗਾ ਕਿ ਜਦੋਂ ਪੰਜਾਬੀ ਗੀਤਕਾਰ ਆਉਂਦੇ ਆ, ਜੋ ਹਥਿਆਰਾਂ ਦੇ ਗਾਣੇ ਗਾਉਂਦੇ ਆ, ਜੋ ਨਸ਼ਿਆਂ ਦੇ ਗਾਣੇ ਗਾਉਂਦੇ ਆ, ਉਹਨਾਂ ਨੂੰ ਤੁਸੀਂ ਸਮਾਂ ਦੇਣ ਨੂੰ, ਇੱਥੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਵੀ ਸਾਂਝੀਆਂ ਹੁੰਦੀਆਂ ਨੇ ਕਿ ਵੀ ਬੱਚਿਆਂ ਤੋਂ ਬੁਲਵਾਇਆ ਜਾ ਰਿਹਾ। ਸੋ ਬੜੇ ਦੁੱਖ ਦੀ ਗੱਲ ਆ ਕਿ ਜੋ ਚੰਗੇ ਕਾਰਜ ਕਰਦਾ ਉਹਨਾਂ ਨੂੰ ਜਵਾਬ ਵੀ ਦੇ ਦਿੱਤਾ ਜਾਂਦਾ ਕਈ ਸਕੂਲਾਂ ਵੱਲੋਂ। ਤੁਸੀਂ ਕਿਹਨੂੰ ਦੋਸ਼ੀ ਮੰਨਦੇ ਹੋ ਜਿਹੜੀ ਪੰਜਾਬੀ ਮਾਂ ਬੋਲੀ ਦੀ ਜਿਹੜੀ ਮੁਦਿਆਰ ਹੈ ਉਹ ਨੀਚੇ ਗਿਰਦੀ ਪਈ ਹੈ? ਇਹਦੇ ਵਿੱਚ ਕਈ ਦੋਸ਼ੀ ਨੇ, ਗਾਇਕ ਵੀ ਦੋਸ਼ੀ ਹੈ, ਸਮਾਜ ਵੀ ਦੋਸ਼ੀ ਹੈ, ਅਸੀਂ ਆਪ ਖੁਦ ਦੋਸ਼ੀ ਹਾਂ। ਅਸੀਂ ਬੱਚਿਆਂ ਨੂੰ ਘਰੇ ਪੰਜਾਬੀ ਬੋਲਣ ਤੋਂ ਰੋਕ ਦਿੰਦੇ ਹਾਂ, ਜੇਕਰ ਕੋਈ ਗਲੀ 'ਚ ਕੁਛ ਵੇਚਣ ਨਾਲ ਆ ਜਾਂਦਾ, ਮੰਨ ਲਓ ਕੋਈ ਬੁਲਬਲੇ ਵੇਚਣ ਨਾਲ ਆ ਗਿਆ, ਤਾਂ ਮਾਂ ਕਹੂਗੀ ਵੀ ਬੁਲਬਲਾ ਤਾਂ ਕਹਿਣੀ ਨਹੀਂ, ਜਾਂ ਤਾਂ ਬੇਟਾ ਗੁਬਾਰਾ ਬੋਲੋ ਜਾਂ ਬੈਲੂਨ ਬੋਲੋ, ਬੁਲਬੁਲਾ ਨਹੀਂ ਕਹਿਣਾ। ਸੋ ਇਸ ਕਰਕੇ ਸਮਾਜ ਵੀ ਦੋਸ਼ੀ ਆ, ਗੀਤਕਾਰ ਵੀ ਦੋਸ਼ੀ ਨੇ ਕਿ ਵੀ ਥੋੜ੍ਹਾ ਜਿਹਾ ਪੰਜਾਬੀ ਦਾ ਟੋਟਾ ਗਾ ਕੇ ਉਦੋਂ ਬਾਅਦ ਸਾਰਾ ਗਾਣਾ ਅੰਗਰੇਜ਼ੀ 'ਚ ਗਾਉਂਦੇ ਆ, ਦਿੱਤਾ ਕੀ ਦਾ ਖਾਂਦੇ ਆ ਉਹ ਪੰਜਾਬੀ ਦਾ। ਇੱਥੇ ਸਰਕਾਰ ਵੀ ਦੋਸ਼ੀ ਆ ਜੋ ਕਾਨੂੰਨ ਨੂੰ ਸਹੀ ਰੂਪ 'ਚ ਲਾਗੂ ਨਹੀਂ ਕਰ ਰਹੀ। ਬਹੁਤ ਵਧੀਆ ਕਾਨੂੰਨ ਲਾਗੂ ਹੋ ਗਿਆ ਕਿ ਦਫ਼ਤਰਾਂ 'ਚ ਪੰਜਾਬੀ ਲਾਗੂ ਹੋ ਜੂਗੀ, ਪਰ ਅੱਜ ਤੱਕ ਹੋਈ ਨਹੀਂ। ਕਿ ਜੇ ਮੈਂ ਗੱਲ ਕਰਾਂ ਪੰਜਾਬ ਦੀ, ਪੰਜਾਬ 'ਚ ਇੱਦਾਂ ਦੇ ਸਕੂਲ ਵੀ ਆ ਜਿੱਥੇ ਬੱਚੇ ਪੰਜਾਬੀ ਮਾਂ ਬੋਲੀ ਬੋਲਣਾ ਚਾਹੁੰਦੇ ਆ, ਮਗਰ ਉੱਥੇ ਪੰਜਾਬੀ ਮਾਂ ਬੋਲੀ ਬੋਲਣ ਨਹੀਂ ਦਿੱਤੀ ਜਾਂਦੀ? ਬਿਲਕੁਲ, ਮੈਂ ਕਈ ਸਕੂਲਾਂ 'ਚ ਜਾਂਦਾ ਗਾ, ਉੱਥੇ ਮੈਂ ਕਹਿੰਦਾ ਵੀ ਹੋਰ ਮਿੱਠਿਆ ਕੀ ਹਾਲ ਚਾਲ ਹੈ, ਤਾਂ ਉਹ ਕਹਿੰਦੇ ਠੀਕ ਹੂੰ, ਹਿੰਦੀ ਬੋਲਦੇ ਬੱਚੇ ਅੱਗੇ। ਮੈਂ ਉਹਨੂੰ ਕਿਹਾ ਵੀ ਤੂੰ ਪੰਜਾਬੀ ਨਹੀਂ ਬੋਲਦਾ, ਤੂੰ ਬਿਹਾਰ 'ਚ ਥੋੜ੍ਹੀ ਰਹਿ ਰਿਹਾ, ਤਾਂ ਮੈਨੂੰ ਫਿਰ ਬੜੇ ਦੁੱਖ ਨਾਲ ਕਹਿਣਾ ਪੈਂਦਾ। ਉਹ ਕਹਿੰਦੇ ਆ ਕਿ ਵੀ ਸਾਨੂੰ ਰੋਕਿਆ ਗਿਆ, ਸਾਨੂੰ ਕਿਹਾ ਗਿਆ ਵੀ 20 ਤੋਂ 50 ਰੁਪਏ ਜੁਰਮਾਨਾ ਲੱਗ ਜੂਗਾ ਵੀ ਅਸੀਂ ਪੰਜਾਬੀ ਨਹੀਂ ਬੋਲ ਸਕਦੇ। ਕਿ ਪੰਜਾਬ 'ਚ ਰਹਿੰਦੇ ਹੋਏ ਪੰਜਾਬੀ ਨਹੀਂ ਬੋਲ ਸਕਦੇ ਅਸੀਂ? ਅਸੀਂ ਬਿਹਾਰ 'ਚ ਰਹਿ ਰਹੇ ਹਾਂ, ਅਸੀਂ ਇੰਗਲੈਂਡ 'ਚ ਰਹਿ ਰਹੇ ਹਾਂ, ਜਦੋਂ ਤੁਸੀਂ ਅਮਰੀਕਾ ਚਲੇ ਜਾਓ, ਕਨੇਡਾ ਚਲੇ ਜਾਓ, ਉੱਥੇ ਗਲੀਆਂ ਦੇ ਨਾਂ ਪੰਜਾਬੀ 'ਚ ਹੋ ਗਏ, ਪਰ ਇੱਥੇ ਅਸੀਂ ਸਕੂਲਾਂ 'ਚ ਵੀ ਜਵਾਕਾਂ ਨੂੰ ਪੰਜਾਬੀ ਬੋਲਣ ਤੋਂ ਰੋਕੀ ਜਾਂਦੇ ਹਾਂ। ਤਾਂ ਜਿਹੜੀ ਹੈ ਤੁਸੀਂ ਇਹ ਤਖਤੀ ਬਣਾਈ ਹੋਈ ਹੈ, ਇਹਦਾ ਕੀ ਮਹੱਤਵ ਹੈ, ਕਿੱਦਾਂ ਸਮਝਾਇਆ ਜਾਂਦੇ ਤੁਸੀਂ? ਇਸ ਦੇ ਵਿੱਚ ਇਹ ਹੈ ਕਿ ਅਸੀਂ ਇਸ ਨੂੰ, ਇਹਦੀ 5 ਫੁੱਟ ਉੱਚਾਈ ਹੈ, 1 ਫੁੱਟ ਇਸ ਤੋਂ ਉਤਲਾ ਮੁੱਠਾ ਗਾ, ਇਸ ਦੇ ਵਿੱਚ 35 ਲਿਖੀ ਹੈ। ਅਸੀਂ ਜਿਵੇਂ ਸੋਸ਼ਲ ਮੀਡੀਆ 'ਤੇ ਜਿਹੜੇ ਨੌਜਵਾਨ ਹੈ ਉਹ ਆਪਣੀ ਫੋਟੋਆਂ ਜ਼ਰੂਰ ਖਿੱਚਦੇ ਆ, ਜਿਹਨੂੰ ਸੈਲਫੀ ਕਹਿ ਦਿੰਦੇ ਹਾਂ, ਅਸੀਂ ਚਾਹੁੰਦੇ ਕਿ ਅਜਿਹੀ ਕੋਈ ਚੀਜ਼ ਬਣਾਈਏ ਜਿਸ ਨਾਲ ਨੌਜਵਾਨ ਇਹਨਾਂ ਦੀ ਫੋਟੋ ਖਿੱਚਣਾ, ਅੱਜ ਤੜਕੇ ਦੇ ਬਹੁਤੇ ਨੌਜਵਾਨ ਇਸ ਨਾਲ ਫੋਟੋ ਖਿਚਾ ਕੇ ਗਏ ਆ। ਕਿ ਜਿਹੜੇ ਸਾਡੇ ਵੱਡੇ ਸੀ ਉਹ ਇਸ ਪੱਟੀ 'ਤੇ ਲਿਖਦੇ ਹੁੰਦੇ ਸੀ, ਇਹ 'ਤੇ ਲਿਖਾਈ ਬਹੁਤ ਸੋਹਣੀ ਹੁੰਦੀ ਸੀ। ਇਹਨੂੰ ਮੈਂ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ 'ਚ ਲੈ ਕੇ ਜਾਊਂਗਾ ਅਤੇ ਆਉਣ ਵਾਲੇ ਸਮੇਂ 'ਚ ਸਾਰੇ ਸਕੂਲਾਂ 'ਚ ਇਸ ਨੂੰ ਲਗਾਉਣ ਦੀ ਕੋਸ਼ਿਸ਼ 'ਚ ਹਾਂ, ਤਾਂ ਕਿ ਸਿੱਖਿਆ ਵਿਭਾਗ ਨੂੰ ਮੇਰੀ ਬੇਨਤੀ ਹੈ ਕਿ ਜੇਕਰ ਫੱਟੀ 'ਤੇ ਤੁਸੀਂ ਲਿਖਾਈ ਬੱਚਿਆਂ ਦੀ ਸ਼ੁਰੂ ਕਰਵਾ ਦਿਓ ਸਰਕਾਰੀ ਸਕੂਲਾਂ 'ਚ ਖਾਸ ਕਰਕੇ, ਤਾਂ ਬੱਚਿਆਂ ਦੀ ਲਿਖਾਈ ਸੋਹਣੀ ਹੋ ਸਕਦੀ ਹੈ। ਕਲਮਾਂ ਨਾਲ ਲਿਖਾਈ ਜਿੰਨੀ ਸੋਹਣੀ ਹੁੰਦੀ ਹੈ, ਉਨੀ ਤੁਹਾਡੀ 200 ਰੁਪਏ ਦੇ 250 ਰੁਪਏ ਵਾਲੇ ਪੈੱਨ ਨਾਲ ਸੋਹਣੀ ਨਹੀਂ ਹੁੰਦੀ, ਅਤੇ ਬੱਚੇ ਕੁਝ ਚੰਗਾ ਸਿੱਖਣਗੇ ਜੇਕਰ ਫੱਟੀ ਸਕੂਲਾਂ ਦੇ ਵਿੱਚ ਆ ਜੂਗੀ।
ਅੱਗੇ ਕੀ ਆਪਣਾ ਉਪਰਾਲਾ ਹੋਏਗਾ ਜਿਹੜੀ ਮਾਂ ਬੋਲੀ ਜਿਹੜੀ ਹੈਗੀ ਜ਼ਿਆਦਾ ਇਹਦੇ ਲੋਕ ਇਹਨੂੰ ਸਮਝ ਸਕਣ? ਇੱਥੇ ਮੇਰੀ ਯਾਤਰਾ ਸਮਾਪਤ ਨਹੀਂ ਹੁੰਦੀ ਕਿਉਂਕਿ ਮੈਂ 365 ਦਿਨ ਕੰਮ ਕਰਦਾਗਾ। ਇਹ ਨਹੀਂ ਕਿ ਭਗਤ ਸਿੰਘ ਨੂੰ ਇੱਕ ਦਿਨ ਯਾਦ ਕਰ ਲਿਆ 364 ਦਿਨ ਪੰਜਾਬੀ ਚੁੱਪ ਕਰ ਜਾਣ। ਤਾਂ ਇਸ ਕਰਕੇ ਮੇਰਾ ਜਿਹੜਾ ਅਗਲਾ ਕਾਰਜ ਹੈ ਉਹ ਹੈ ਆਪਣਾ ਸ਼ਹਿਰ ਆਪਣੀ ਪੰਜਾਬੀ। ਇਸ ਕਰਕੇ ਮੈਂ 22 ਜ਼ਿਲ੍ਹਿਆਂ 'ਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਮੈਂ ਟੋਲ ਤਾਂ ਲਿਆ, ਲੱਭ ਤਾਂ ਲਿਆ, ਹੁਣ ਉਸ ਦਾ ਇਲਾਜ ਵੀ ਕਰਨਾ। ਇਸ ਕਰਕੇ ਮੈਂ ਹਰੇਕ ਸਕੂਲ 'ਚ ਖੁੱਲ੍ਹਾ ਸਮਾਂ ਲੈ ਕੇ ਜਾਊਂਗਾ ਅਤੇ ਬੱਚਿਆਂ ਨਾਲ ਗੱਲਬਾਤ ਕਰੂੰਗਾ, ਅਧਿਆਪਕਾਂ ਨਾਲ ਗੱਲਬਾਤ ਕਰੂੰਗਾ ਤਾਂ ਕਿ ਇੱਕ ਲੋਕ ਲਹਿਰ ਬਣਾਈ ਜਾ ਸਕੇ ਆਉਣ ਵਾਲੇ ਸਮੇਂ 'ਚ ਪੰਜਾਬੀ ਦੇ ਲਈ। ਜੇ ਆਪਣੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਪਰਿਵਾਰ 'ਚ? ਮੇਰੇ ਪਰਿਵਾਰ 'ਚ 2 ਛੋਟੇ ਬੱਚੇ ਹੈਗੇ ਅਤੇ ਮੇਰੀ ਘਰਵਾਲੀ ਆ, ਉਹਦਾ ਪੂਰਾ ਸਾਥ ਹੈਗਾ। ਜੇਕਰ ਮੈਂ ਇੱਥੇ ਆਇਆ ਜਾਂ ਮੈਂ 12 ਦਿਨ ਬਾਹਰ ਰਹਾਂਗਾ ਤਾਂ ਇਹ ਸਭ ਉਹਨਾਂ ਦੀ ਬਦੌਲਤ ਆ। ਉਹ ਘਰ ਇਹ ਬੱਚਿਆਂ ਨੂੰ ਵੀ ਤਿਆਰ ਹੋ ਕੇ ਤੋਰਨਾ ਅਤੇ ਘਰ ਦੀ ਜ਼ਿੰਮੇਵਾਰੀ ਸੰਭਾਲਣਾ, ਇਹ ਮੇਰੀ ਘਰਵਾਲੀ ਦੀ ਜੇ ਕਹਿੰਦੇ ਵੱਡੀ ਕੁਰਬਾਨੀ ਆ। ਅਤੇ ਨਹੀਂ, ਕਿਸੇ ਲਈ ਸਮਾਂ ਕੱਢਣਾ ਬਹੁਤ ਔਖਾ ਅੱਜ ਦੇ ਸਮੇਂ 'ਚ, ਪਦਾਰਥਵਾਦ ਦੇ ਯੁੱਗ 'ਚ ਹਰੇਕ ਆਪਣੇ ਲਈ ਸੋਚਦਾ, ਪੂਰੇ ਸਮਾਜ ਲਈ ਸੋਚਣਾ ਬਹੁਤ ਵੱਡੀ ਗੱਲ ਆ। ਇਸ ਕਰਕੇ ਪਰਿਵਾਰ ਦਾ ਬਹੁਤ ਵੱਡਾ ਸਾਥ ਆ। ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਦੇ ਉੱਤੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਸਰਕਾਰ ਨੇ ਤਾਂ ਅੱਜ ਬਜਟ ਇਜਲਾਸ ਵੀ ਰੱਖਿਆ ਪੰਜਾਬੀ ਦੇ ਲਈ, ਪੂਰਾ ਦਿਨ ਪੰਜਾਬੀ ਦੀ ਗੱਲ ਹੋ ਰਹੀ ਹੈ ਵਿਧਾਨ ਸਭਾ 'ਚ ਚੰਡੀਗੜ੍ਹ। ਅਤੇ ਕਿਹਾ ਜਾਂਦਾ ਹੈ ਹਵਾ ਵੀ ਆ ਰਹੀ ਹੈ ਉੱਧਰੋਂ ਚੰਡੀਗੜ੍ਹ ਵੱਲੋਂ, ਜੋ ਜਲੰਧਰ 'ਚ ਹੁਣ ਠੰਡੀ ਠੰਡੀ ਚੱਲੀ ਜਾਂਦੀ ਹੈ, ਕਿ ਵੀ ਪੰਜਾਬੀ ਲਈ ਕੋਈ ਸੁੱਖ ਦੇ ਸੁਨੇਹੇ ਆਉਣਗੇ। ਮੈਂ ਕਹਿਣਾ ਸੁੱਖ ਦੇ ਸੁਨੇਹੇ ਆਉਣ, ਜੀ ਸਦਕੇ ਆਉਣ, ਬਹੁਤ ਵਧੀਆ ਗੱਲ ਹੈ, ਪਰ ਉਹ ਜ਼ਮੀਨੀ ਪੱਧਰ 'ਤੇ ਹੋਣ, ਕਦੇ ਇਹ ਨਾ ਹੋਵੇ ਉੱਥੇ ਲਾਗੂ ਕੀਤੇ ਹੀ ਨਾ ਜਾ ਸਕੇ ਅਮਲੀ ਰੂਪ 'ਚ। ਜੋ ਵੀ ਉਹ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਹੋਣਗੇ ਅੱਜ, ਉਹ ਅਮਲੀ ਰੂਪ 'ਚ ਜ਼ਰੂਰ ਲਾਗੂ ਹੋਣ। ਇਹ ਸੀ ਸਾਡੇ ਨਾਲ ਤਜਿੰਦਰ ਸਿੰਘ, ਜਿਹੜੇ ਪੰਜਾਬੀ ਮਾਂ ਬੋਲੀ ਨੂੰ ਜਾਗਰਿਤ ਕਰਨ ਲਈ ਬੜਾ ਵੱਡਾ ਉਪਰਾਲਾ ਕਰ ਰਹੇ ਆ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਅਗਰ ਬਚਾਉਣੀ ਆ ਤਾਂ ਇੱਦਾਂ ਦੇ ਉਪਰਾਲੇ ਕਰਨੇ ਵੀ ਬਹੁਤ ਜ਼ਰੂਰੀ ਆ। ਕੈਮਰਾਮੈਨ ਜਤਿਨ ਦਾ, ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran, satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647 84374 94648।